ਜਿਹੜੇ ਬੱਚੇ ਦੀ ਡੈਥ ਹੋਈ ਮੈਂ ਪਿੰਡ ਵਾਲੇ ਭਤੀਜਾ ਹੀ ਲਾ ਦਾ ਸਾਡਾ ਬਾਈ ਉਹ ਸਾਨੂੰ ਕਾ ਜਦੋਂ ਫੋਨ ਗਿਆ ਏ ਇਹਦਾ ਮੁੰਡੇ ਦਾ ਤਾਏ ਦਾ ਬੇਟਾ ਮੇਰੇ ਨਾਲ ਸੀਗਾ ਹੈਰੀ ਰਾਣੇ ਦਾ ਉਹਨੇ ਫੋਨ ਕਰਿਆ ਚਾਚੇ ਕਹਿੰਦੇ ਵੀ ਇੱਦਾਂ ਗੱਲ ਹੋ ਗਈ ਉੱਥੇ ਹੋਸਪਿਟਲ 'ਚ ਉੱਥੇ ਐਕਸੀਡੈਂਟ ਹੋ ਗਿਆ ਇੱਕ ਆਪਣਾ ਹੋਸਪਿਟਲ 'ਚ ਜਦੋਂ ਪਤਾ ਲੱਗਿਆ ਉਹ ਰਾਏ ਉਹਨੇ ਦੇਖਿਆ ਕੰਪਰੈਸ ਪਾਟਿਆ ਬਾਏ ਪੂਰਾ ਪੁਲਿਸ ਮੁਲਾਜ਼ਮ ਵੀ ਖੜ੍ਹੇ ਤੇ ਇੱਕ ਧੱਕੇ ਦੀ ਸਾਨੂੰ ਦੱਸੀ ਜਾਂਦਾ ਮੈਂ ਡਾਕਟਰ ਆ ਹੁਣ ਜਦ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦਾ ਮੈਂ ਡਾਕਟਰ ਹੈ ਨਹੀਂ ਸਾਨੂੰ ਇੱਥੇ ਗੜਬੜ ਲੱਗ ਰਹੀ ਇੱਥੇ ਕਸੂਰ ਹੈ ਜੀ ਹੋਸਪਿਟਲ ਵਾਲਿਆਂ ਦਾ ਵੀ ਕਸੂਰ ਹੈ ਕੰਪਨੀ ਵਾਲੇ ਦਾ ਵੀ ਕਸੂਰ ਹੈ ਜਿਹੜਾ ਹਾਦਸਾ ਹੋਇਆ ਇਹ ਜਿਹੜਾ ਅਨੁਭਵ ਹੁੰਦਾ ਵਿੱਚ ਪਏ ਆ ਉਹ ਵੀ ਨਾਲ ਪਹਿਲਾਂ ਉਹਦੇ ਨਾਲ ਤਿੰਨ ਵਾਰੀ ਹਾਦਸਾ ਹੋ ਲਿਆ ਕੰਪਨੀ ਦਾ ਵੀ ਕਸੂਰ ਹੈ ਫਿਰ ਇਹਨੂੰ ਕੀ ਉਹਨੇ ਨਾ ਸੀਰੀਅਸ ਲਈ ਗੱਲ ਆਹ ਉਹਦਾ ਹੋਸਪਿਟਲ ਵਾਲਿਆਂ ਦਾ ਵੀ ਕਸੂਰ ਹੈ ਇਹਨਾਂ ਕੋਈ ਕਿੱਟ ਨਹੀਂ ਦੇਈ ਕੋਈ ਕੁਛ ਨਹੀਂ ਕਰਿਆ ਹੈਗਾ ਇੱਦਾਂ ਏ ਸੀ ਸੋ ਏ ਸੀ ਹੋਣਾ ਲੱਗਿਆ ਵਾ ਕਮ ਸੇ ਕਮ ਕੀ ਮੰਗ ਕਰਦੇ ਹੋ ਇੱਥੇ ਜੋ ਕਾਰਵਾਈ ਬਣਦੀ ਹੈ ਹੋਸਪਿਟਲ ਵਾਲਿਆਂ ਪਾ ਕਾਰਵਾਈ ਬਣਦੀ ਹੋਸਪਿਟਲ ਵਾਲਿਆਂ ਪਾ ਕਰੋ ਕੰਪਨੀ ਪਾ ਬਣਦੀ ਕੰਪਨੀ ਪਾ ਕਰੀ ਜਾਵੇ ਜੀ ਜਿਹਦਾ ਕਸੂਰ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਪੁਲਿਸ ਮੁਲਾਜ਼ਮ ਨੂੰ ਦੇਖਣਾ ਚਾਹੀਦਾ ਜੀ ਹੁਣ ਸਾਨੂੰ ਕਹਿ ਰਹੇ ਬੋਡੀ ਉੱਥੇ ਭੇਜ ਰਾਜਪੁਰੇ ਭੇਜ ਦਊਗਾ ਅਸੀਂ ਬੋਡੀ ਨੂੰ ਵੀ ਕਹਿੰਦੇ ਵੀ ਇੱਥੇ ਰਹਿਣ ਦੇ ਸਵੇਰ ਨੂੰ ਬੋਡੀ ਜਾਊਂਗੀ ਉਹਦੇ 'ਤੇ ਸਰਕਾਰੀ ਹੋਸਪਿਟਲ ਪਾਸਪੋਰਟ ਮਹੂੰਗਾ ਬਾਕੀ ਅਸੀਂ ਕੱਲ੍ਹ ਨੂੰ ਆਪਣੇ ਬੰਦੇ ਪਿੰਡ ਤੋਂ ਹੋਰ ਲੈ ਕੇ ਆਊਂਗੇ ਹੁਣ ਅੱਛਾ ਐਡੇ ਟਾਈਮ ਅਸੀਂ ਪੰਜ ਸੱਤ ਬੰਦੇ 10 ਆ ਗਏ ਬਾਕੀ ਪਿੰਡ ਵਾਲੇ ਉਹ ਪਤਾ ਨਹੀਂ ਹੈ ਪਿੰਡ ਵਾਸੀ ਦੱਸਿਆ ਨਹੀਂ ਹੈਗਾ ਘਰਾਂ ਮੁੰਡੇ ਦੇ ਡੈਡੀ ਦੀ 2 ਸਾਲ ਪਹਿਲਾਂ ਡੈਥ ਹੋਈ ਹੈ ਹੁਣ ਮੁੰਡੇ ਦੀ ਹੋ ਗਈ ਕਿੰਨੀ ਉਮਰ ਸੀ ਇਹਨਾਂ ਦੀ ਅਤੇ ਮੁੰਡੇ ਦੀ ਉਮਰ ਤਕਰੀਬਨ 20-22 ਸਾਲ ਉਮਰ ਦੀ ਜੀ ਨੀਲਮ ਹੋਸਪਿਟਲ ਵਾਲਿਆਂ ਨੇ 3-4 ਦਿਨ ਪਹਿਲਾਂ ਕੇਸ ਹੀ ਲਵਾਇਆ ਸੀਗਾ 4.5 ਟਨ ਦਾ ਉਹ ਕੂਲਿੰਗ ਘੱਟ ਦੇ ਰਿਹਾ ਸੀ ਇਹਨਾਂ ਦੇ ਦੱਸਣ ਮੁਤਾਬਕ ਕੂਲਿੰਗ ਘੱਟ ਸੀ ਇਹਨਾਂ ਨੇ ਕੰਪਨੀ ਨੂੰ ਕੰਪਲੇਂਟ ਕੀਤੀ ਸੀ ਅੱਜ 2 ਮੁੰਡੇ ਆਏ ਸੀ ਉਹਨੂੰ ਰਿਪੇਅਰ ਕਰਨ ਵਾਸਤੇ ਅਤੇ ਵਕਤ ਤਕਰੀਬ 3:30-4 ਵਜੇ ਦਾ ਸੀਗਾ ਉਹ ਰਿਪੇਅਰ ਕਰ ਰਹੇ ਸੀ ਉਹਦੇ ਵਿੱਚ ਏ ਸੀ ਬਲਾਸਟ ਹੋ ਗਿਆ ਉਹਦੇ ਵਿੱਚ ਇੱਕ ਮੁੰਡਾ ਹੈਗਾ ਸੀਗਾ ਹੈਰੀ ਰਾਣਾ ਇੱਕ ਅੰਕੁਸ਼ ਰਾਣਾ ਸੀ ਹੈਰੀ ਰਾਣਾ ਦੀ ਤਾਂ ਮੌਕੇ 'ਤੇ ਡੈਥ ਹੋ ਗਈ ਅੰਕੁਸ਼ ਰਾਣਾ ਜੇਰੇ ਲਾ ਲਿਆ ਹਾਲਤ ਵਾਰਸ ਆ ਗਏ ਉਹਨਾਂ ਦੇ ਵਾਰਸ ਆ ਗਏ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਮੁੰਡਾ ਹੈਰੀ ਰਾਣਾ ਦਾ ਪਿੰਡ ਜੂਬ ਦਾ ਸੀਗਾ ਕੀ ਪੁਲਿਸ ਕੀ ਕਾਰਵਾਈ ਕਰ ਰਹੇ ਹੋ ਪੁਲਿਸ ਦੇਖਦੇ ਆ ਹੁਣ ਹਲੇ ਆਏ ਨੇ ਵਾਰਸ ਮੌਕਾ ਮੌਕਾ ਦਿਖਾ ਰਹੇ ਆ ਜਿਵੇਂ ਜੋ ਵੀ ਮਤਲਬ ਕਿਸੇ ਦਾ ਕਸੂਰ ਹੋਇਆ ਕਾਰਵਾਈ